ਅੱਜ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਆਏ ਹਾਂ ਜਿਸਨੇ 21-22 ਸਾਲ ਬਦਲੇ ਦੀ ਅੱਗ ਆਪਣੇ ਸੀਨੇ 'ਚ ਬਾਲ ਕੇ ਰੱਖੀ। ਇਹ ਦੇਸ਼ ਪੰਜਾਬ ਹੈ, ਇਹ ਸ਼ਹੀਦਾਂ ਦੀ ਧਰਤੀ ਹੈ, ਇਹ ਗੁਰੂਆਂ ਦੀ ਧਰਤੀ ਹੈ, ਇਹ ਪੀਰਾਂ ਦੀ ਫਕੀਰਾਂ ਦੀ ਧਰਤੀ ਹੈ। ਇੱਥੇ ਪਿਆਰ ਨਾਲ ਜਾਨ ਲੈ ਲਓ, ਜਾਨ ਹਾਜ਼ਰ, ਪਰ ਜੇ ਕਿਤੇ ਸਾਡੇ ਨਾਲ ਕੋਈ ਪੰਗਾ ਲਓਗੇ ਤਾਂ ਫਿਰ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ। ਉਹਨਾਂ ਨੇ ਪੰਗਾ ਲਿਆ ਸਾਡੇ ਨਾਲ, 21 ਸਾਲ ਬਾਅਦ ਜਾ ਕੇ ਕੈਂਗਸਟਨ ਹਾਲ ਦੇ ਵਿੱਚ ਬਦਲਾ ਲਿਆ। ਤਾਂ ਜਿਸ ਕਿਸਮ ਦਾ ਪੰਜਾਬ ਆਪਾਂ ਸੋਚਿਆ ਸੀ ਬਣਾਵਾਂਗੇ, ਉਹ ਜ਼ੁਲਮ ਕਰਕੇ ਚਲੇ ਗਏ, ਉਹਨਾਂ ਤੋਂ ਆਜ਼ਾਦੀ ਮਿਲ ਗਈ। ਇਹਨਾਂ ਦਾ ਕੀ ਕਰੀਏ ਹੁਣ, ਜਿਹੜੇ ਆਪਣੇ ਵਾਲੇ ਨੇ ਇਹਨਾਂ ਤੋਂ ਆਜ਼ਾਦੀ ਨਹੀਂ ਮਿਲੀ ਹਜੇ, ਹਜੇ ਲੜਾਈ ਜਾਰੀ ਹੈ, ਹਜੇ ਸੰਘਰਸ਼ ਜਾਰੀ ਹੈ। 15 ਅਗਸਤ ਵਾਲੀ ਆਜ਼ਾਦੀ ਹਜੇ ਘਰ ਘਰ ਨਹੀਂ ਪਹੁੰਚੀ, ਪਹੁੰਚਾਉਣੀ ਹੈ, ਉਸੇ ਵਾਸਤੇ ਲੜ ਰਹੇ ਹਾਂ। ਨਹੀਂ ਤਾਂ ਇਹ ਮਹਿਲਾਂ 'ਚ ਹੀ ਪਸੰਦਰੀ ਇੱਧਰ ਹੀ ਰਹਿ ਗਈ ਸੀ, ਹੁਣ ਥੋੜ੍ਹਾ ਥੋੜ੍ਹਾ ਆਜ਼ਾਦੀ ਦੀ ਝਲਕ ਮਿਲਣ ਲੱਗ ਗਈ ਨਾ। ਸੋ ਤੁਹਾਨੂੰ ਮੈਂ ਕਹਿਣਾ ਚਾਹੁੰਦਾ, ਤੁਸੀਂ ਜਿੰਨਾ ਸਾਥ ਦੇ ਰਹੇ ਹੋ, ਜਿੰਨਾ ਤੁਸੀਂ ਵਿਸ਼ਵਾਸ ਦੇ ਰਹੇ ਹੋ, ਇਹ ਤੋਂ ਵੱਧ ਹੋਰ ਕੁਛ ਨਹੀਂ ਚਾਹੀਦਾ। ਕੋਈ ਖਜ਼ਾਨੇ 'ਚ ਪੈਸੇ ਨਹੀਂ ਚਾਹੀਦੇ, ਕੋਈ ਆਪਦੇ ਖਾਤੇ 'ਚ ਪੈਸੇ ਨਹੀਂ ਚਾਹੀਦੇ। ਜਿਹੜਾ ਤੁਸੀਂ ਖਾਤਾ ਖੋਲ੍ਹ ਰੱਖਿਆ ਪਿਆਰ ਵਾਲਾ, ਉਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਹੀ ਨਹੀਂ। ਮੈਨੂੰ ਨਹੀਂ ਲੱਗਦਾ ਕਿ ਦੁਨੀਆ 'ਚ ਸਭ ਤੋਂ ਵੱਧ ਅਮੀਰ ਜੇ ਕੋਈ ਬੰਦਾ ਪਛਾਣਨਾ ਹੋਵੇ ਜਾਂ ਕਰਨਾ ਹੋਵੇ, ਸ਼ਾਇਦ ਪੈਸਿਆਂ 'ਚ ਤਾਂ ਕੋਈ ਹੋਰ ਹੋ ਜੂਗਾ, ਪਿਆਰ ਦੇ ਮਾਮਲੇ 'ਚ ਤਾਂ ਮੇਰਾ ਨੰਬਰ ਵੀ ਆਊਗਾ ਵਿੱਚ। ਪਿਆਰ ਦੁਨੀਆ 'ਚ ਇੱਕ ਬੰਦੇ ਨੂੰ ਇੰਨਾ ਪਿਆਰ ਵੀ ਮਿਲਿਆ ਸੀ ਯਾਰ, ਇੰਨਾ ਵਿਸ਼ਵਾਸ ਵੀ ਕੀਤਾ ਸੀ ਯਾਰ ਕਿਸੇ ਨੇ ਕਿ ਜਾ ਯਾਰ ਤੂੰ ਜਿਵੇਂ ਮਰਜ਼ੀ ਚਲਾ, ਤੇਰੇ 'ਤੇ ਯਕੀਨ ਹੈ। ਮੈਂ ਤਾਂ ਲੋਕਾਂ 'ਚ ਹੀ ਪਰਮਾਤਮਾ ਦੇਖਦਾ, ਮੈਨੂੰ ਤਾਂ ਲੋਕਾਂ 'ਚ ਹੀ ਰੱਬ ਦਿਖਦਾ।